गुरदासपुर जिले में दीनानगर के गांव मुगराला में दिवाली की रात पुरानी रंजिश के चलते दो गुटों में हुआ झगड़ा। दविंदर सैनी नाम के नौजवान ने अपने साथियों समेत पुरानी रंजिश के चलते मुखविंदर सिंह वासी मुगराला और उसके दो साथियों पर अंधाधुंध की फायरिंग। मुखविंदर सिंह को 6 गोलियां लगने से मौके पर हुई मौत और दो साथी राहुल और सूरज गंभीर रूप से जख्मी। अमृतसर अस्पताल में करवाया गया भर्ती। वहीं पुलिस ने दोषियों पर मामला दर्ज कर जांच की शुरू। फिलहाल सभी दोषी फरार। जानकारी देते हुए मृतक मुखविंदर सिंह के पिता बलविंदर सिंह और चाचा प्रेम सिंह ने बताया कि उनके बेटे मुखविंदर सिंह का 1 महीने पहले किसी बात को लेकर दविंदर सैनी के साथ झगड़ा हुआ था, जिसकी शिकायत पुलिस थाना तारागढ़ में करवाई थी, लेकिन पुलिस ने दोषी देविंदर सैनी पर कोई कार्रवाई नहीं की। दोषी आजाद घूम रहा था, जिसके चलते उसने अपनी रंजिश निकालने के लिए दिवाली की रात अपने सात साथियों समेत आकर गांव के चौराहे पर खड़े उनके बेटे मुखविंदर सिंह और उसके दो साथियों राहुल और सूरज पर अंधाधुंध की फायरिंग, जिसमें उनके बेटे मुखविंदर सिंह और को 6 गोलियां लगने के कारण मौके पर ही मौत हो गई, जबकि उसके दो साथी गंभीर रूप से जख्मी हो गए, जिन्हें अमृतसर भेज दिया गया है। परिवार वालों का कहना है कि अगर पहली शिकायत पर पुलिस थाना तारागढ़ ने कार्रवाई की होती तो आज उनका बेटा जिंदा होता। वहीं परिवार वालों ने इंसाफ की मांग की है। गुरदासपुर से रशपाल सिंह, आज़ाद टीवी न्यूज। ਮਤਲਬ ਕਿ ਮਹੀਨਾ ਕੁ ਹੋਇਆ ਸਾਡੇ ਮੁੰਡੇ ਦੇ ਛੋਟੇ ਨੂੰ ਪਠਾਨਕੋਟ ਗੱਡੀਆਂ ਦਾ ਕੰਮ ਕਰਦਾ ਸੀਗਾ, ਉੱਥੋਂ ਚੱਲ ਕੇ ਆਉਣ ਡਿਆ। ਇਹ 3 ਜਣੇ ਸੀਗੇ, ਇਹ 10-12 ਜਣੇ ਇਹਨਾਂ ਪਰਮਾਨੈਂਟ ਲਾ ਕੇ ਘੇਰ ਕੇ ਇਹਨੂੰ ਸੱਟਾਂ ਸੁੱਟਾਂ ਲਈਆਂ, ਠੀਕ ਹੈ ਜੀ। ਸੱਟਾਂ ਲਾਉਣ ਦੇ ਬਾਵਜੂਦ ਇਹਨਾਂ ਦੇ ਮਤਲਬ ਕਿ ਇੱਕ ਮੇਰੇ ਮੁੰਡੇ ਦੇ ਇੱਥੇ ਦਾਤਰ ਮਾਰਿਆ, ਇੱਕ ਬਾਂਹ 'ਤੇ ਮਾਰੀ ਕਿਰਪਾਨ, ਦੂਜੇ ਮੁੰਡੇ ਵੀ ਗੁੱਟੇ ਨਾਲ। ਉਹਦੇ ਬਾਵਜੂਦ ਅਸੀਂ ਪਰਚਾ ਦਰਜ ਕਰਾ ਤਾ, ਪਰਚਾ ਦਰਜ ਕਰਾ ਕੇ ਅਤੇ ਸਾਡੀ ਕਿਸੇ ਨੇ ਵੀ ਕਾਰਵਾਈ ਮਤਲਬ ਕਾਨੂੰਨੀ ਕਾਰਵਾਈ ਨਹੀਂ ਕੀਤੀ, ਨਹੀਂ ਸੁਣੀ ਕਿ ਉਹ। ਫਿਰ ਅਸੀਂ ਪ੍ਰਭਾਵ ਪਾ ਕੇ ਬੰਦਿਆਂ ਦਾ ਅਸੀਂ ਪਰਚਾ ਦਰਜ ਕਰਾਇਆ, ਅਤੇ ਉਹਦੇ ਬਾਵਜੂਦ ਵੀ ਐਸ ਐਸ ਨੇ ਕੋਈ ਮਤਲਬ ਕਿ ਸਾਡੀ ਸ਼ਨਾਖਤ ਨਹੀਂ ਕੀਤੀ। ਹੁਣ ਕੋਈ ਗੱਲ ਨਹੀਂ ਜੀ, ਹੁਣ ਰਾਤੀ ਮਤਲਬ ਕਿ ਦੀਵਾਲੀ ਹੀ ਇੱਥੇ ਮੁੰਡਾ ਪਹਿਲਾਂ ਮਤਲਬ ਕਿ ਕੋਈ ਖਾਣ ਪੀਣ ਵਾਸਤੇ ਲਿਆਂਦੇ, ਜਿੱਦਾਂ ਘਰ ਛੱਡ ਕੇ ਗਿਆ, ਅੱਗੇ ਗਿਆ ਅਤੇ ਇਹਨਾਂ ਨੇ ਮੁੰਡਾ ਡਰਾਈਵਰ ਰੱਖਿਆ ਸੀਗਾ, ਉਹਨੂੰ ਕਿਤੇ ਕੁੱਟਣ ਡੇ, ਇਹ ਵੀ ਚਲ ਗਿਆ ਉਹਨਾਂ ਲਾਗੇ ਵੀ ਕੀ ਗੱਲ, ਇਹਨੂੰ ਕੋ ਮਾਰਨ ਦਿਓ। ਉਹਨਾਂ ਕੋਲ ਹੀ ਚਲਾ ਤੀ 3 ਜਣੇ ਸੀ, ਮਤਲਬ ਕਿ ਇਹ ਫਾਇਰ ਕਰਨ ਵਾਲੇ 3 ਪਿਸਤੌਲ ਸੀ ਇਹਨਾਂ ਕੋਲ, ਅਤੇ 6 ਫਾਇਰ ਇਹਦੇ ਕੀਤੇ ਆ, 6 ਗੋਲੀਆਂ ਇਹਦੇ ਮਾਰੀਆਂ, ਅਤੇ 2 ਇੱਕ ਮੁੰਡੇ ਦੇ ਮਾਰੀ, 1-1 ਮੁਖਵਿੰਦਰ ਸਿੰਘ ਦੀ ਮੌਤ ਹੋ ਗਈ ਜੀ, ਅਤੇ 2 ਜ਼ਖਮੀ ਹੋਏ। ਅਤੇ ਹਾਂ, ਜੇ ਪੁਲਿਸ ਨੇ ਨਾ ਢਿੱਲ ਵਰਤੀ ਕੰਮ ਹੋਣੇ ਨਹੀਂ, ਪੁਲਿਸ ਨੇ ਉਹਨਾਂ ਕੋਲ ਪੈਸੇ ਪੂਸੇ ਖਾਧੇ ਸੀ, ਸਾਡੇ ਕੋਲ ਵੀ ਖਾਧੇ 3,000 ਰੁਪਏ ਉਹਨਾਂ ਨੇ, ਮਤਲਬ ਕਿ ਕਾਰਵਾਈ ਪੂਰੀ ਕਰਦੀ ਤਾਂ ਮਤਲਬ ਨਹੀਂ ਉਹਦਾ ਕੰਮ ਨਹੀਂ ਹੋਣਾ, ਨਹੀਂ ਹੋਣਾ। ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਝਗੜਾ ਕੀਤਾ ਇਹਨਾਂ ਨੇ ਇਸੇ ਪਾਰਟੀ, ਜਿਨ੍ਹਾਂ ਨੇ ਅੱਜ ਗੋਲੀਆਂ ਚਲਾਈਆਂ ਨੇ, ਉਹਦੇ ਮਤਲਬ ਇੱਥੇ ਪਰਮਾਨੰਦ ਨਾਲ ਝਗੜਾ ਕੀਤਾ ਉਹਨਾਂ ਨੇ, ਪਰਮਾਨੰਦ ਝਗੜਾ ਕੀਤਾ ਉਹਦੇ ਮਤਲਬ ਅਸੀਂ ਇੱਕ ਐਫ ਆਈ ਆਰ ਦਰਜ ਕਰਾਈ ਤਾਰਾਗੜ੍ਹ ਥਾਣੇ। ਉਹ ਅੱਜ ਮਤਲਬ 9 ਤਰੀਕ ਨੂੰ ਮਹੀਨਾ ਹੋ ਗਿਆ ਸੀ, ਅਤੇ 10 ਤਰੀਕ ਨੂੰ ਮੁੜ ਕੇ ਪ੍ਰੈਸ਼ਰ ਪਾ ਕੇ ਅਤੇ ਅਸੀਂ ਇਹਨਾਂ ਦੇ ਪਰਚਾ ਕਰਵਾਇਆ। ਉਹ ਪਰਚਾ ਜਿਹੜਾ ਮਤਲਬ 25 ਦਾ ਪਰਚਾ ਬਣਿਆ ਪਿਆ, ਕਦਾ 31 ਦਿਨ ਦੇ ਵਿੱਚ ਐਸ ਐਚ ਓ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਪਹਿਲੇ ਝਗੜੇ ਦੇ ਕੋਈ ਕਾਰਵਾਈ ਨਹੀਂ ਕੀਤੀ, ਵਿਹਲੇ ਫਿਰਨ ਡੇ ਸੀ ਉਹਦੀ ਰੰਜਿਸ਼ ਵਿੱਚ। ਇਹਨਾਂ 1-2 ਵਾਰੀ ਪਹਿਲਾਂ ਮਤਲਬ ਫੋਨ ਵੀ ਕੀਤੇ ਮੁੰਡੇ ਨੂੰ ਵੀ ਹਾਂ ਤੈਨੂੰ ਵੇਖਣਾ, ਅਸੀਂ ਤੈਨੂੰ ਦੁਆਲੀ ਨਹੀਂ ਸੁੱਕੀ ਲੰਘਣ ਦੇਣੀ, ਕਿਉਂਕਿ ਉਹਨਾਂ ਨੇ ਕੱਲ੍ਹ ਸ਼ਾਮਾਂ ਨੂੰ 8:45 ਵਜੇ ਇੱਥੇ ਦੁਕਾਨ ਆ, ਉਹ ਦੁਕਾਨ ਦੇ ਵਿੱਚ ਉਹ ਇੱਕ ਦਵਿੰਦਰ ਸੈਣੀ ਜਿਹੜਾ ਉਹਨੇ ਉਹ ਰੰਜਿਸ਼ ਰੱਖ ਕੇ ਅਤੇ ਉਹਨੂੰ ਮਤਲਬ ਆਉਂਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਲੇਕਿਨ 6-7 ਜਣੇ ਤਾਂ ਮਤਲਬ ਸਾਹਮਣੇ ਆਏ ਨੇ, ਉਹ ਵੀ ਹੋਰ ਮੁੰਡੇ ਜਦੋਂ ਮਤਲਬ ਪਛਾਣ ਕੀਤੀ ਉਹਨਾਂ ਫੱਟਰ 3 ਜਣੇ ਹੋਏ ਜੀ। ਤਾਰਾ ਸਿੰਘ ਲੰਬੜਦਾਰ ਦੇ ਬਿਆਨ 'ਤੇ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 188 ਅੰਡਰ ਸੈਕਸ਼ਨ 302 307 147 149 25-8 ਆਰਮ ਐਕਟ। ਸੋ ਇਹ ਤਾਰਾ ਸਿੰਘ ਅਤੇ ਇਹਦਾ ਭਰਾ ਜਿਹੜੇ ਉੱਥੋਂ ਜਾ ਰਹੇ ਸੀਗੇ ਤਾਂ ਉਹਨਾਂ ਵੇਖਿਆ ਵੀ ਇਹ 3 ਜਣੇ ਖੜ੍ਹੇ ਸੀ ਉੱਥੇ, ਮੁਖਵਿੰਦਰ ਜਿਹੜਾ ਕਿ ਇਹਦਾ ਭਤੀਜਾ ਆ ਤਾਰਾ ਸਿੰਘ ਦਾ, ਨਾਲ ਰਾਹੁਲ ਅਤੇ ਸੂਰਜ, ਇਹ 3 ਉੱਥੇ ਖੜ੍ਹੇ ਸੀ। ਤਾਂ ਇਹ 7 ਜਣੇ ਆਏ ਆ ਮੋਟਰਸਾਈਕਲਾਂ 'ਤੇ, ਜੋ 3 ਬੰਦੇ ਮੰਗਲਾਲੇ ਦੇ ਰਹਿਣ ਵਾਲੇ ਆ, ਬਾਕੀ 3-4 ਜਿਹੜੇ ਆਦਿ ਨਾਲ ਨੇੜੇ ਦੇ ਆ, ਇੱਕ ਹੈਗਾ ਤਾਰਾਗੜ੍ਹ ਦਾ ਦਵਿੰਦਰ ਸੈਣੀ, ਕਾਕਾ ਪੰਕਜ, ਬੰਟੀ, ਸਾਜਨ ਅਤੇ ਅੰਕੁਸ਼, ਇਹ 7 ਜਣੇ ਨੇ ਆ ਕੇ। ਅਤੇ ਇਹ ਦਵਿੰਦਰ ਅਤੇ ਕਾਕੇ ਦੇ ਕੋਲ ਪਿਸਟਲ ਸੀਗੇ, ਉਹਨਾਂ ਨੇ ਆ ਕੇ ਅਤੇ ਨਾਲੇ ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਨਾਲੇ ਉਹਨਾਂ ਗੋਲੀਆਂ ਮਾਰੀਆਂ, ਅਤੇ ਉਹ ਜਿਹਦੇ 'ਚ ਕਿ ਮੁਖਵਿੰਦਰ ਦੇ ਕਾਫੀ ਗੋਲੀਆਂ ਲੱਗੀਆਂ, ਅਤੇ ਜਿਹੜਾ ਕਿ ਜਦੋਂ ਹੋਸਪਿਟਲ ਲੈ ਕੇ ਗਏ ਤਾਂ ਉਹਦੀ ਮੌਤ ਹੋ ਗਈ। ਰਾਹੁਲ ਇਹਦੇ ਵੀ ਕਾਫੀ ਸੀਰੀਅਸ ਫਾਇਰ ਲੱਗਾ ਆ ਛਾਤੀ ਦੇ ਉੱਤੇ, ਉਹਦੀ ਵੀ
उन्होंने एडमिट है, तो जो सूरज है वह भी रख रहा है। जो इन्होंने पहला इन्हों का झगड़ा होया तारागढ़ उत्थे परचा दर्ज होया है, उसकी रंजिश चा के इन्होंने अज्ज दिवाली का दिन आके इतने दशरेआम गोलियां चला के मारिया। कोशिश है कि शाम तक असी कौन को इन्हों चो बंदे, क्योंकि हर बंदा जो वारदात करता उन्हें भजना भी है, डरता भी है, पर अजे फिलहाल फरार ने, पर जल्दी पहुँच तो बाहर नहीं काबू करांगे। देखो हम उत्थे बंदे तारागढ़ केस इदा दर्ज होया सी, हुण उहदे बारे असी फिर उहदा ही पता करदे आ की कीता इन्हां ने, साढ़े नहीं होगा साढ़े ये पता करना पेगा। तफ्तीश का हिस्सा भी एक।